पर बीएससी नर्सिंग इथों करना भी एक माण की गल है। हुण सर ने दस्या बकायदा कहिंदे वी इत्थे एम्स दे विच दाखला लै लेना बच्चे लई बड़ा फखर वाली गल है, क्योंकि हर एक बच्चा उत्थे जांदा नहीं है। ते इत्थे बीएससी करन दा तुहानूं की फायदा होगा, जां किसे होर बच्चे ने भी इत्थे बीएससी करनी होवे, इन्हां दे की खर्चे ने ते इहदा बेनीफिट किन्ना है। असीं अज बैठे हाँ ਭੁੱਚੋ ਖੁਰਦ ਜ਼ਿਲ੍ਹਾ ਬਠਿੰਡਾ ਦੇ ਵਿੱਚ ਮਾਸਟਰ ਜਸਵੀਰ ਸਿੰਘ ਜੀ ਦੇ ਘਰ। ਡੀ ਪੀ ਮਾਸਟਰ ਨੇ ਔਰ ਸੇਮਾ ਪਿੰਡ ਆ ਨਾਲ ਹੀ ਇੱਥੇ 10 ਕਿਲੋਮੀਟਰ ਦੇ ਮੇਰਾ ਖਿਆਲ ਘੱਟ ਹੀ ਹੋਣਾ, 10 ਕਿਲੋਮੀਟਰ ਉੱਥੇ ਇਹਨਾਂ ਦੀ ਡਿਊਟੀ ਹੈ। ਅਤੇ ਇਹਨਾਂ ਦੀ ਬੇਟੀ ਨਾਲ ਆਪਾਂ ਗੱਲਬਾਤ ਕਰਨੀ ਹੈ, ਜਿਹੜੀ ਕਿ ਬੀ ਐੱਸ ਸੀ ਏਮਜ ਦੇ ਬੀ ਐੱਸ ਸੀ ਨਰਸਿੰਗ ਏਮਜ ਜਿਹੜਾ ਹੈਗਾ ਬਠਿੰਡਾ ਦੇ ਵਿੱਚ ਕਰ ਰਹੇ ਨੇ। ਔਰ ਆਪਾਂ ਗੱਲ ਕਰਾਂਗੇ ਬੱਚੇ ਨਾਲ, ਉਹਨਾਂ ਦੇ ਪੇਰੈਂਟਸ ਨਾਲ, ਪਾਪਾ ਨਾਲ, ਕਿ ਕਿਸ ਤਰ੍ਹਾਂ ਉਹਨਾਂ ਨੇ ਪਿਛਲੀ ਸਟੱਡੀ ਕੀਤੀ ਅਤੇ ਹੁਣ ਉਹ ਉਹਨਾਂ ਦਾ ਕੋਰਸ ਆ ਜਿਹੜਾ ਕਿਵੇਂ ਇੱਥੇ ਸ਼ੁਰੂ ਕੀਤਾ। ਹਾਂ ਬੇਟਾ, ਕੀ ਨਾਂ ਬੇਟਾ ਦੱਸੋ ਪਹਿਲਾਂ ਤਾਂ ਆਪਣਾ, ਕੀ ਨਾਮ ਆ ਤੁਹਾਡਾ? ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਚੈਨਲ ਅਤੇ ਟੀਮ ਦਾ ਜਿਨ੍ਹਾਂ ਨੇ ਮੈਨੂੰ ਇਸ ਇੰਟਰਵਿਊ 'ਚ ਬੋਲਣ ਦਾ ਮੌਕਾ ਦਿੱਤਾ। ਮੈਂ ਜਸਲੀਨ ਕੌਰ, ਪੁੱਤਰੀ ਜਸਵੀਰ ਸਿੰਘ। ਹਾਂ ਬੇਟਾ, ਤੁਸੀਂ ਜਿਹੜਾ ਹੈ ਅੱਜ ਕੱਲ੍ਹ ਕੀ ਸਟੱਡੀ ਕਰ ਰਹੇ ਹੋ ਅਤੇ ਕਿੱਥੇ ਕਰ ਰਹੇ ਹੋ? ਹਾਂਜੀ, ਮੈਂ ਬੀ ਐੱਸ ਸੀ ਨਰਸਿੰਗ ਕਰ ਰਹੀ ਹੈਗੀ ਏਮਸ ਬਠਿੰਡਾ ਤੋਂ। ਅਤੇ ਉਸ ਤੋਂ ਬਾਅਦ ਉੱਥੇ ਮਤਲਬ ਕਿ ਏਮਸ ਐਂਟਰੈਂਸ ਐਗਜ਼ਾਮ ਹੁੰਦਾ ਗਾ ਪੂਰਾ ਆਲ ਇੰਡੀਆ ਰੈਂਕ ਦਾ, ਆਲ ਇੰਡੀਆ ਰੈਂਕ ਲੇਬਲ 'ਤੇ, ਅਤੇ ਉਹਦੇ ਥਰੂ ਹੀ ਅਸੀਂ ਇਸ ਏਮ ਬੀ ਐੱਸ ਸੀ ਨਰਸਿੰਗ ਦੇ ਏਮਸ ਵਿੱਚ ਜਾ ਰਹੇ ਹਾਂ। ਹਾਂਜੀ। ਅੱਛਾ, ਅਤੇ ਇਸ ਤੋਂ ਪਹਿਲਾਂ ਜਿਹੜੀ ਤੁਹਾਡੀ ਸਟੱਡੀ ਆ ਉਹ ਕਿੱਥੇ ਹੋਈ ਉਹ ਵੀ ਦੱਸੋ ਸਾਨੂੰ। ਹਾਂਜੀ, ਮੈਂ ਆਪਣੀ 9th ਕਲਾਸ ਤੋਂ ਮਤਲਬ ਡਲਹੌਜ਼ੀ ਪਬਲਿਕ ਸਕੂਲ ਹਿਮਾਚਲ ਪ੍ਰਦੇਸ਼ ਤੋਂ ਕੀਤੀ। ਅਤੇ ਉਸ ਤੋਂ ਬਾਅਦ ਫਿਰ ਮੈਂ ਨੀਟ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਅਤੇ ਪਹਿਲਾਂ ਮੈਂ ਹੈਲਿਕਸ ਦੇ ਵਿੱਚ ਕੋਚਿੰਗ ਲੈਤੀ ਸੀ ਆਪਣੀ, ਜਿਸ ਤੋਂ ਬਾਅਦ ਕੀ ਹੋਇਆ ਸੀਗਾ, ਹਾਂਜੀ ਚੰਡੀਗੜ੍ਹ ਤੋਂ, ਅਤੇ ਉੱਥੇ ਕੋਚਿੰਗ ਦਾ ਇੰਨਾ ਮੈਨੂੰ ਫਾਇਦਾ ਨਹੀਂ ਹੋਇਆ ਸੀ ਮੈਨੂੰ, ਕਿਉਂਕਿ ਕਾਫੀ ਕੋਈ ਜ਼ਿਆਦਾ ਗਾਈਡ ਕਰਨ ਵਾਸਤੇ ਨਹੀਂ ਸੀਗੇ, ਅਤੇ ਉੱਥੇ ਖੁਦ ਹੀ ਪੜ੍ਹਨਾ ਹੁੰਦਾ ਸੀਗਾ ਅਤੇ ਸਾਨੂੰ ਕੁਛ ਪਤਾ ਨਹੀਂ ਲੱਗਦਾ ਸੀਗਾ ਕਿਸ ਤਰੀਕੇ ਦੇ ਨਾਲ ਪੜ੍ਹਨਾ ਗਾ। ਫਿਰ ਉਸ ਤੋਂ ਬਾਅਦ ਸਰ ਆਏ ਸੀਗੇ ਸਾਡੇ ਨਾਲ, ਹਾਂਜੀ ਸਿੰਦਰਪਾਲ ਸਰ ਜੀ, ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਕੋਚਿੰਗ ਲੈ ਸਕਦੇ ਹੋਗੇ ਬੀਜੀਐੱਫ ਤੋਂ, ਭਾਈ ਜੈਤਾ ਜੀ ਫਾਊਂਡੇਸ਼ਨ ਜਿਹੜਾ ਕਿ ਚੰਡੀਗੜ੍ਹ ਹੈਗਾ ਸੈਕਟਰ 28 ਦੇ ਵਿੱਚ। ਉੱਥੇ ਫਿਰ ਅਸੀਂ ਗਏ ਅਤੇ ਉੱਥੇ ਉਹਨਾਂ ਨੇ ਪਹਿਲਾਂ ਸਾਡਾ ਟੈਸਟ ਲਿਆ ਰਿਟਰਨ, ਫਿਰ ਉਸ ਤੋਂ ਬਾਅਦ ਇੰਟਰਵਿਊ ਵੀ ਲੈਤੀ ਸੀਗੀ। ਅਤੇ ਉਸ ਤੋਂ ਬਾਅਦ ਇੰਟਰਵਿਊ ਲੈਣ ਤੋਂ ਬਾਅਦ ਉਹਨਾਂ ਨੇ ਜਿਹੜੇ ਵੀ ਵਧੀਆ ਬੱਚੇ ਹੁੰਦੇ ਆ ਉਹਨਾਂ ਨੂੰ ਅਲੱਗ ਕੱਢ ਲੈਂਦੇ ਹੈਗੇ, ਅਤੇ ਫਿਰ ਉਹਨਾਂ ਨੂੰ ਮੌਕਾ ਮਿਲਦਾ ਗਾ ਫ੍ਰੀ ਕੋਚਿੰਗ ਦਾ। ਉੱਥੇ ਥੋੜ੍ਹੀ ਮੋਟੀ ਫੀਸ ਜਾਂ ਹੋਰ ਕੋਈ ਲੱਗਦਾ ਬੀ ਜੀ ਐੱਸ ਦੇ ਵਿੱਚ? ਭਾਈ ਜੈਤਾ ਜੀ ਫਾਊਂਡੇਸ਼ਨ ਦੇ ਵਿੱਚ? ਹਾਂਜੀ, ਬਿਲਕੁਲ ਨਹੀਂ ਲੱਗਦਾ, ਕੁਛ ਵੀ ਨਹੀਂ ਲੱਗਦਾ। ਅਤੇ ਠੀਕ ਹੈ, ਤੁਸੀਂ ਉੱਥੇ 'ਚ ਪੜ੍ਹ ਕੇ, ਉਹਦੀ ਖਾਸ ਰਿਕੁਆਇਰਮੈਂਟ ਕੀ ਹੈਗੀ, ਕੌਣ ਬੱਚਾ ਉੱਥੇ ਦਾਖਲਾ ਲੈ ਸਕਦਾ, ਉੱਥੇ ਕਾਹਦੀ ਸਟੱਡੀ ਕੀਤੀ ਹੋਣੀ, ਕਿਹੜੇ ਕਿਹੜੇ ਵਿਸ਼ਿਆਂ ਨਾਲ ਬੱਚਾ ਪੜ੍ਹਿਆ ਹੋ ਸਕਦਾ? ਹਾਂਜੀ, ਉੱਥੇ ਮੈਡੀਕਲ ਦੇ ਵਿੱਚ ਅਤੇ ਨੋਨ ਮੈਡੀਕਲ ਦੇ ਵਿੱਚ, ਮੈਡੀਕਲ ਨੋਨ ਮੈਡੀਕਲ ਵਾਲੇ ਬੱਚੇ। ਹਾਂਜੀ, ਬਸ ਇਹਨਾਂ ਨੂੰ ਹੀ ਦਿੰਦੇ ਆ ਉਹ ਕੋਚਿੰਗ ਬੀਜੀਐੱਫ ਵਾਲੇ? ਹਾਂਜੀ, ਇਹਨਾਂ ਨੂੰ ਹੀ ਦਿੰਦੇ ਆ। ਕੋਈ ਟੈਸਟ ਦਾ ਦੇ ਪਹਿਲਾਂ ਟੈਸਟ? ਹਾਂਜੀ, ਪਹਿਲਾਂ ਟੈਸਟ ਰੱਖਦੇ ਆਗੇ, ਫਿਰ ਉਸ ਤੋਂ ਬਾਅਦ। ਮੈਂ ਸੁਣਿਆ ਸੀ ਬੀਜੀਐੱਫ ਵਾਲੇ ਸਰ ਵੀ ਉਹ ਜਿਹੜੇ ਸਿਵਲ ਦੀ ਦੇ ਵਿੱਚ ਜਾਣਾ ਚਾਹੁੰਦੇ ਆ ਬੱਚੇ, ਪੀਸੀਐੱਸ ਆਈਐੱਸ ਕਰਨਾ ਚਾਹੁੰਦੇ ਆ, ਤੇ ਉਹਨਾਂ ਨੂੰ ਤਾਂ ਫਿਰ ਮੈਡੀਕਲ ਨੋਨ ਮੈਡੀਕਲ ਦੀ ਲੋੜ ਨਹੀਂ ਹੈ? ਨਹੀਂ, ਅਸਲ 'ਚ ਨਾ ਥੋੜ੍ਹਾ ਇਹ ਬੱਚਿਆਂ ਵਾਲੀ ਗੱਲ ਕਰ ਗਏ, ਉਹ ਨਾ 10th ਕਲਾਸ 'ਚੋਂ ਬੱਚਿਆਂ ਨੂੰ ਲੈਂਦੇ ਆ, 10th ਜਿਹੜੇ ਬੱਚੇ ਪੜ੍ਹਦੇ ਆ ਜੀ, ਉਹਨਾਂ ਦਾ ਇੱਕ ਟੈਸਟ ਲੈਂਦੇ ਆ, ਨੀਅਰ ਅਬਾਊਟ 10,000 ਬੱਚੇ ਦਾ ਪੇਪਰ ਲੈਂਦੇ, ਉਹਦੇ ਵਿੱਚੋਂ 60 ਬੱਚੇ ਸਿਲੈਕਟ ਕਰਦੇ, 30 ਮੈਡੀਕਲ ਵਾਸਤੇ ਜੀ, 30 ਨੋਨ ਮੈਡੀਕਲ ਵਾਸਤੇ ਸਿਲੈਕਟ ਕਰਦੇ ਹੁਣ, ਅਤੇ ਉਹਨਾਂ ਦੇ ਜਿਹੜੇ ਬੱਚਿਆਂ ਦੀ ਸਟੱਡੀ ਦਾ ਲੈਵਲ ਬਹੁਤ ਜ਼ਿਆਦਾ ਬੈਟਰ, ਬਹੁਤ ਜ਼ਿਆਦਾ ਹੁੰਦਾ ਉੱਚੇ ਲੈਵਲ ਵਾਲੇ ਬੱਚੇ ਲੈਵਲ ਚੁਣੇ ਜਾਂਦੇ। ਅਤੇ ਜਿਹੜੀ ਇਹ ਕੁੜੀ ਹੈਗੀ, ਅਸਲ 'ਚ ਨੀਟ ਡਰੋਪਰ ਬੈਚ 'ਚ ਐਡਮਿਸ਼ਨ ਲਈ ਨੇ, ਇਹ ਚਲੋ ਬੱਚੇ ਵਾਲੀ ਗੱਲ ਥੋੜ੍ਹੀ ਰਹਿ ਗਈ ਦੇ ਤੋਂ, ਜਾਂ ਫਿਰ ਪਲੱਸ ਟੂ ਮੈਡੀਕਲ ਜਿਨ੍ਹਾਂ ਨੇ ਕੀਤੀ ਆ, ਨੀਟ ਦੇ ਵਿੱਚ ਪੇਪਰ ਦਿੱਤਾ ਉਹਨਾਂ ਨੇ, ਉਹਨਾਂ ਨੂੰ ਵਧੀਆ ਕਾਲਜ ਵਧੀਆ ਇੰਸਟੀਚਿਊਟ ਨਹੀਂ ਮਿਲਿਆ, ਉਹ ਫਿਰ ਦੁਬਾਰਾ ਟਰਾਈ ਕਰਦੇ ਆ, ਅਤੇ ਡਰੋਪਰ ਬੈਚ ਉਹਨਾਂ ਦੇ ਵੀ ਕੁਛ ਬੱਚੇ ਰਹਿ ਜਾਂਦੇ, ਇੱਕ ਦੋ ਬੱਚੇ ਰਹਿ ਜਾਂਦੇ, ਕੁਛ ਬਾਹਰੋਂ ਲੈ ਲੈਂਦੇ, ਉਹ 30 ਬੱਚਿਆਂ ਨੂੰ ਐਕਸਟਰਾ ਤਿਆਰੀ ਕਰਾਉਂਦੇ ਹੋ, ਉਸ ਬੈਚ 'ਚ ਬੱਚੀ ਗਈ ਸੀ ਐਕਚੁਅਲ 'ਚ, ਫਿਰ ਤੁਹਾਡਾ ਆਰਟਸ ਵਾਲਿਆਂ ਨਾਲ ਬਾਹਰ ਹੀ ਨਹੀਂ ਨਾ ਪਿਆ, ਇਹ ਵੀ ਗੱਲ ਠੀਕ ਆ। ਅਤੇ ਸੋ ਸਿੰਦਰਪਾਲ ਜੀ ਨੇ ਦੱਸਿਆ ਕਿ ਜਿਹੜੀ ਭਾਈ ਜੈਤਾ ਜੀ ਫਾਊਂਡੇਸ਼ਨ ਸੰਸਥਾ ਹੈ ਚੰਡੀਗੜ੍ਹ ਦੇ ਵਿੱਚ, ਉਹ ਇਸ ਤਰ੍ਹਾਂ ਬੱਚਿਆਂ ਨੂੰ ਤਿਆਰੀ ਕਰਾਉਂਦੀ ਆ, ਅਤੇ ਉੱਥੋਂ ਜਿਹੜਾ ਹੈ ਬੱਚੇ ਨੇ ਵੀ ਕੋਚਿੰਗ ਲਿੱਤੀ। ਉਦੋਂ ਪਹਿਲਾਂ ਜਿਵੇਂ ਦੱਸਿਆ ਇਹਨਾਂ ਨੇ ਕਿ ਡਲਹੌਜ਼ੀ ਪਬਲਿਕ ਸਕੂਲ ਬੜਾ ਫੇਮਸ ਸਕੂਲ ਹੈ ਨਾ, ਉੱਥੋਂ ਦੀ ਸਟੱਡੀ ਦਾ ਅਤੇ ਇੱਥੋਂ ਵਾਲੀ ਸਟੱਡੀ ਦਾ ਕਿੰਨਾ ਫਰਕ ਆ? ਹਾਂਜੀ, ਉੱਥੇ ਮਤਲਬ ਕਿ ਬੱਚਿਆਂ ਨੂੰ ਰਹਿਣਾ ਸਹਿਣਾ ਕਿਸ ਤਰੀਕੇ ਨਾਲ ਹੈਗਾ, ਅਤੇ ਬਾਕੀ
ਕਾਫੀ ਕੰਪੀਟੀਸ਼ਨਸ ਹੁੰਦੇ ਆਗੇ ਸਪੀਚ ਡੈਕਲੇਮੇਸ਼ਨ ਤੇ ਗੇਮਸ ਵੀ ਕਾਫੀ ਹੁੰਦੀਆਂ ਗੀਆਂ ਠੀਕ ਹੈ ਤੁਸੀਂ ਜਸਵੀਰ ਸਿੰਘ ਜੀ ਜਿਹੜੇ ਹੁਣ ਇਹ ਬੱਚਾ ਕੋਰਸ ਕਰ ਰਿਹਾ ਵੈਸੇ ਤਾਂ ਗੁੜੀਆ ਵੀ ਦੱਸ ਸਕਦੇ ਆ ਇਹਦੇ ਜਿਵੇਂ ਕਰ ਨੀਟ ਦਾ ਟੈਸਟ ਦੇ ਕੇ ਇਹਨਾਂ ਨੇ MBBS ਕਰਨੀ ਸੀ ਫਿਰ MBBS ਛੱਡ ਕੇ ਤੁਸੀਂ ਇੱਧਰ ਨੂੰ ਕਿਉਂ ਆਏ BSC ਨਰਸਿੰਗ ਦੇ ਵੱਲ ਕਿਸ ਤਰ੍ਹਾਂ ਜਿਹੜਾ ਹੈ ਰੁੱਖ ਅਪਣਾਇਆ ਦੇਖੋ ਜੀ ਦੋਨੇ ਗੱਲਾਂ ਹੁੰਦੀਆਂ ਪਤਾ ਕੀ ਗੱਲ ਹੁੰਦੀ ਹੈ ਦੇਖੋ ਅਸੀਂ ਇਕਨੋਮਿਕਲ ਵੀ ਦੇਖਣਾ ਹੁੰਦਾ ਹੈ ਨਾ ਇਕਨੋਮਿਕਲ ਪੱਖ ਜ਼ਰੂਰੀ ਹਾਂ ਸਾਰੀਆਂ ਗੱਲਾਂ ਜ਼ਰੂਰੀ ਹੈ ਅਸੀਂ ਅੱਗੇ ਵੀ ਦੇਖਣਾ ਨਾ ਪੈਸਾ ਪੈਸਾ ਉਹ ਕਿੱਥੋਂ ਪੈਸਾ ਪੈਸਾ ਇੰਨਾ ਲੱਗਣਾ ਹੈ ਨਾ ਆਪਾਂ ਵੀ ਕਰਾਂ ਫਿਰ ਵਾਕਈ ਵੱਟ ਕੀ ਚੀਜ਼ ਹੈ ਮੈਨੂੰ ਵਾਲੇ ਨੇ ਗਾਈਡ ਕੀਤਾ ਜੀ ਵੀ ਤੁਸੀਂ ਜੇ ਤੁਹਾਨੂੰ ਏਮ ਚ ਮਿਲਦਾ ਵੀ BSC ਨਰਸਿੰਗ ਮਿਲਦਾ ਤੁਹਾਨੂੰ ਏਮ ਚ ਨਾ ਛੱਡੋ ਓਕੇ ਹਾਂ ਸਾਨੂੰ ਵਾਲਾ ਨਹੀਂ ਏਮਸ ਦੀ ਸਟੱਡੀ ਨੂੰ ਤੁਸੀਂ ਜਿਹੜੀ ਹਾਂ ਜੇ ਤੁਹਾਨੂੰ ਕਿਵੇਂ ਲੱਗਦਾ ਬੇਟਾ ਵੀ ਉਹਦੇ ਨਾਲੋਂ ਇੱਧਰ ਆ ਕੇ ਇਸ ਕੋਰਸ ਦੇ ਵਿੱਚ ਕਿਉਂਕਿ MBBS ਦਾ ਬੜਾ ਉੱਚਾ ਲੈਵਲ ਹੈ ਸਟੈਂਡਰਡ ਬਹੁਤ ਹਾਈ ਹੈ ਹਨਾ ਬਾਹਰ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਪਰ BSC ਨਰਸਿੰਗ ਇੱਥੋਂ ਕਰਨਾ ਵੀ ਇੱਕ ਮਾਣ ਦੀ ਗੱਲ ਹੈ ਹਨਾ ਸਰ ਨੇ ਦੱਸਿਆ ਕਹਿੰਦੇ ਵੀ ਇੱਥੇ ਏਮਸ ਦੇ ਵਿੱਚ ਦਾਖਲਾ ਲੈ ਲੈਣਾ ਬੱਚੇ ਲਈ ਬੜਾ ਫਖਰ ਵਾਲੀ ਗੱਲ ਹੈ ਕਿਉਂਕਿ ਹਰ ਇੱਕ ਬੱਚਾ ਉੱਥੇ ਜਾਂਦਾ ਨਹੀਂ ਹੈ ਤੇ ਇੱਥੇ BSC ਕਰਨ ਦਾ ਤੁਹਾਨੂੰ ਕੀ ਫਾਇਦਾ ਹੋਊਗਾ ਜਾਂ ਕਿਸੇ ਹੋਰ ਬੱਚੇ ਨੇ ਵੀ ਇੱਥੇ BSC ਕਰਨੀ ਹੋਵੇ ਇਹਨਾਂ ਦੇ ਕੀ ਖਰਚੇ ਨੇ ਤੇ ਇਹਦਾ ਬੈਨੀਫਿਟ ਕਿੰਨਾ ਹੈ ਹਾਂਜੀ ਮਤਲਬ ਕਿ ਜੇ ਤੁਸੀਂ ਏਮਸ ਦੇ ਵਿੱਚੋਂ BSC ਨਰਸਿੰਗ ਕਰਦੇ ਹੋ ਤਾਂ ਫਿਰ ਅੱਗੇ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਆਪਸ਼ਨਸ ਮਿਲਦੀਆਂ ਗੀਆਂ ਸਭ ਤੋਂ ਪਹਿਲਾਂ ਹੀ ਇੱਕ ਗੱਲ ਹੈ ਕਿ ਤੁਹਾਡੀ ਪੜ੍ਹਾਈ ਦਾ ਖਰਚਾ ਨਹੀਂ ਹੈਗਾ ਬਿਲਕੁਲ ਵੀ ਮੈਸ ਚਾਰਜ ਹੈਗਾ ਉਹ ਵੀ ਬਹੁਤ ਘੱਟ ਹੈਗਾ ਅਤੇ ਫਿਰ 4 ਸਾਲ ਤੁਹਾਡੀ ਫਰੀ ਪੜ੍ਹਾਈ ਹੈਗੀ ਜਿਸ ਤੋਂ ਬਾਅਦ ਤੁਹਾਨੂੰ ਐਗਜ਼ਾਮ ਦੇਣਾ ਹੁੰਦਾ ਗਾ ਇੱਕ ਨੋਟ ਸੈੱਟ ਹੁੰਦਾ ਆਲ ਇੰਡੀਆ ਲੈਵਲ 'ਤੇ ਹੁੰਦਾ ਉਹ ਵੀ ਅਤੇ ਫਿਰ ਉਹਨੂੰ ਕਲੀਅਰ ਕਰਨ ਤੋਂ ਬਾਅਦ ਤੁਸੀਂ ਇੱਕ ਨਰਸਿੰਗ ਐਜ਼ ਅ ਨਰਸਿੰਗ ਆਫੀਸਰ ਏਮਸ ਦੇ ਵਿੱਚ ਕੰਮ ਕਰ ਸਕਦੇ ਹੋਗੇ ਠੀਕ ਹੈ ਹਾਂਜੀ ਉਹਦੇ 'ਚ ਫਿਰ ਬੱਚੇ ਨੂੰ ਕੀ ਫਾਇਦਾ ਹੈਗਾ ਐਜ਼ ਅ ਆਫੀਸਰ ਕੰਮ ਕਰਨ ਦੇ ਨਾਲ ਨਾਲ ਫਿਰ ਸਟੱਡੀ ਦੇ ਨਾਲ ਨਾਲ ਹਾਂਜੀ ਤੁਸੀਂ ਸਟੱਡੀ ਮਤਲਬ ਕਿ ਆਫਟਰ ਸਟੱਡੀ 4 ਸਾਲ ਬਾਅਦ ਓਕੇ BSC ਨਰਸਿੰਗ ਕਰਨ ਤੋਂ ਬਾਅਦ BSC ਨਰਸਿੰਗ ਕਿੰਨੇ ਸਾਲ ਦੀ ਹੈ 4 ਸਾਲ ਵਿਦਿਆਰਥੀ ਨੇ ਜਿਹੜੇ ਪੰਜਾਬ ਚੋਂ ਏਮਸ ਦੇ ਵਿੱਚ ਬਠਿੰਡਾ ਏਮਸ ਦੇ ਵਿੱਚ ਦਾਖਲਾ ਲੈਣਾ ਹਾਂਜੀ ਮਤਲਬ ਕਿ ਸਾਡੇ ਜਿਹੜੇ ਏਮਸ ਬਠਿੰਡਾ ਚ ਸਿਰਫ 4-5 ਹੀ ਜਣੇ ਆ ਜਿਹੜੇ ਪੰਜਾਬ ਤੋਂ ਆਂਗੇ ਬਾਕੀ ਸਾਰੇ ਰਾਜਸਥਾਨ ਹਰਿਆਣਾ UP ਇਹਨਾਂ ਸਾਈਡ ਤੋਂ ਇਹ ਕੀ ਕਾਰਨ ਆ ਵੀ ਇੱਥੇ ਪੰਜਾਬ ਦੇ ਵਿੱਚੋਂ ਬੱਚੇ ਹੀ ਬੜੇ ਤੁਸੀਂ 4-5 ਦੱਸ ਰਹੇ ਹੋ ਬਾਕੀ ਸਟੇਟਾਂ ਦੇ ਬੱਚੇ ਕਿਉਂ ਵੱਧ ਆ ਰਹੇ ਆਪਣੇ ਵਾਲੇ ਪੰਜਾਬ ਵਾਲੇ ਕੀ ਗੱਲ ਉਹਨਾਂ ਦੀ ਸਿਲੈਕਸ਼ਨ ਕਿਉਂ ਨਹੀਂ ਹੋ ਰਹੀ ਇੱਥੇ ਅਸਲ 'ਚ ਜਿਹੜੇ ਮਤਲਬ ਹੁਣੇ ਜਿਹੜਾ ਐਗਜ਼ਾਮ ਏਮਸ ਦਾ ਹੋਇਆ ਸੀਗਾ ਉਹਦੇ ਵਿੱਚ ਬਾਕੀ ਸਟੇਟਸ ਦੇ ਵਿੱਚ ਜਿਹੜੇ ਉਹਨਾਂ ਦੇ ਆਪਣੀ ਸਟੇਟ ਦੇ ਵਿੱਚ ਉਹਨਾਂ ਨੂੰ ਏਮਸ ਦੇ ਵਿੱਚ ਨਹੀਂ ਐਡਮਿਸ਼ਨ ਮਿਲੀ ਤਾਂ ਉਹਨਾਂ ਨੇ ਫਿਰ ਏਮਸ ਬਠਿੰਡਾ 'ਚ ਟਰਾਈ ਕੀਤਾ ਅਤੇ ਉਹ ਬਾਕੀ ਸਾਰੇ ਮਤਲਬ ਕਾਫੀ ਉਹਨਾਂ ਦੀ ਰੈਂਕ ਵੀ ਹਾਈ ਸੀਗੀ ਅਤੇ ਉਹਨਾਂ ਦੇ ਕਾਲਜ ਦੀ ਵੀ ਮਤਲਬ ਏਮਸ ਦੇ ਬਾਕੀ ਰੈਂਕ ਬਹੁਤ ਜ਼ਿਆਦਾ ਵੱਧ ਜਾ ਰਹੀ ਸੀਗੀ ਅਤੇ ਇਸੇ ਕਰਕੇ ਫਿਰ ਉਹਨਾਂ ਨੇ ਏਮਸ ਬਠਿੰਡਾ 'ਚ ਟਰਾਈ ਕੀਤਾ ਅਤੇ ਉਹਨਾਂ ਨੂੰ ਇੱਥੇ ਮਿਲ ਗਿਆ ਪੰਜਾਬ ਦੇ ਵਿਦਿਆਰਥੀ ਵਿੱਚ ਨਹੀਂ ਆ ਰਹੇ ਇੱਥੇ ਬੱਚਿਆਂ ਨੂੰ ਨਹੀਂ ਪਤਾ ਹੈਗਾ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਜਿਹੜੇ ਇਸ ਏਮਜ ਦੇ ਵਿੱਚ ਆ ਜਾਣ ਉਹਨਾਂ ਵਿਦਿਆਰਥੀਆਂ ਨੂੰ ਥੋੜ੍ਹਾ ਜਿਹਾ ਕੀ ਕਹਿਣਾ ਚਾਹੋਗੇ ਤੁਸੀਂ ਕਿੰਨੇ ਕੁ ਮਾਰਕਸ ਚਾਹੀਦੇ ਲਗਭਗ ਕਿੰਨੇ ਮਾਰਕਸ ਦਾ ਪੇਪਰ ਹੁੰਦਾ ਗਾ ਹਾਂਜੀ ਇਹ 100 ਮਾਰਕਸ ਦਾ ਪੇਪਰ ਹੁੰਦਾ ਗਾ ਪਰਸੈਂਟੇਜ ਦੇ ਹਿਸਾਬ ਨਾਲ ਤੁਹਾਡੀ ਰੈਂਕ ਬਣਦੀ ਹੈਗੀ ਅਤੇ ਉਸ ਤੋਂ ਬਾਅਦ ਜਿਹੜੇ ਸਿਰਫ ਕੁਛ ਕੁ ਸੀਟਾਂ ਹੁੰਦੀਆਂ ਇਹਦੇ ਵਿੱਚ 1500 ਕੁਛ ਹੁੰਦੀਆਂ ਗੀਆਂ ਅਤੇ ਉਹਦੇ ਵਿੱਚ ਬਾਕੀ ਜਿੰਨੇ ਕੁਛ ਕੁ ਬੱਚੇ ਆ ਪਾਉਂਦੇ ਆ ਉਹ ਵੀ ਆਲ ਇੰਡੀਆ ਲੈਵਲ 'ਤੇ ਨਹੀਂ ਆਪਣੇ ਬਠਿੰਡੇ ਕਾਲਜ ਜਿਹੜੇ ਏਮਸ ਦੇ ਵਿੱਚ ਕੁੱਲ ਕਿੰਨੀਆਂ ਸੀਟਾਂ ਨੇ ਤੁਹਾਡੇ ਬਹੁਤ ਟੌਪ ਦੀ ਰੈਂਕਿੰਗ ਆਈ 96.4 ਦੇ ਜਾਣਾ ਹਨਾ ਤਾਂ ਬਾਕੀ ਫਿਰ ਤਾਂ ਹੀ ਕੰਪੀਟੀਸ਼ਨ ਬਹੁਤ ਜ਼ਿਆਦਾ ਤੇ ਘੱਟ ਤੋਂ ਘੱਟ ਮੈਰਿਟ ਕਿੱਥੋਂ ਤੱਕ ਵਗ ਜਾਂਦੀ ਜਿਹੜੀ ਇਸ ਕਰਕੇ ਪੂਰੀ ਤਿਆਰੀ ਨਾਲ ਹੀ ਬੱਚਾ ਜਿਹੜਾ ਹੈ ਉੱਥੇ ਜਾ ਸਕਦਾ ਔਰ ਬੱਚਿਆਂ ਨੂੰ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ
और चंगे कोचिंग सेंटर तो कोचिंग लेनी चाहिए ता जो इन्ने मार्क्स उन्होंने आ सकन। क्योंकि देखो जो कोई आम परिवार का बच्चा जो लोड़बंद परिवार का बच्चा वह भी उत्थे दाखला लैके एक चंगी संस्था तो लाह मिल जाए सब तो वड्डी गल तां इत्थे इह है ना। तो यही साडा मकसद है भी साडे बच्चों अज गाइड करना। तो जसवीर सिंह जी कितों मतलब लाओ बाई बच्चे अठारह बच्चे आने अपने माण दी गल है। मैं इत्थे विशेष तौर ते कहना चाहना भाई जैता जी फाउंडेशन बारे उन्हां दे संचालकां बारे है ना उन्हां दा धन्नवाद करदे भाई जी दे चेहरा दसदा गा है ना वी सिंधरपाल जी दा किन्ना माण महसूस करते ने अजि संस्था दे राही आई आई टी दे 30 बच्चे 30 दे 30 क्लियर वाह जी उन्होंने 30 दे 30 क्लियर सी और भाई जैता जी फाउंडेशन दी की दाखला लेने दा उत्थे की प्रोसीजर है वो दसो जी। भाई जैता फाउंडेशन दा अजकल भी अप्लाई हो जांदा जिहड़े बच्चे 10th क्लास च पढ़ रहे ने हुण इस वेले जी चाहे बोर्ड किसी दे भी है किसी भी गवर्नमेंट स्कूल चाहे चाहे कॉन्वेंट स्कूल चाहे वो बच्चे अप्लाई करदे आ ते सिर्फ पंजाब दे सर हां सिर्फ हुणे पंजाब दे चाहीदे आ ओके पंजाब दा उहनां दा आधार कार्ड होना चाहीदा है पंजाब रेजिडेंस ते किसी तरह दी रिजर्वेशन है नहीं इहदे च संस्था है बच्चा रेहन सहन का किवें प्रबंध है बच्चे कितना कंफर्ट महसूस करते हैं। हाँ जी तो मतलब कि हॉस्टल भी बहुत वधिया गए ते थोड़ी क्लासेस भी काफ़ी वधिया गई थोड़ी सवेरे शाम मतलब सारे दी क्लासेस लगदियां हुंदियां सी साडियां सवेरे भी ते शाम नू भी लग जांदियां सी ते जो मतलब कि जेड़े उन्होंने पढ़ाने वाले टीचर्स रखे सीगे मतलब काफ़ी वधिया टीचर्स रखे सीगे भी ताकि बच्चों नू बहुत ज़्यादा हेल्प मिल सके ते बाकी जो दो टीचर्स नहीं हुंदे सीगे ता फिर उन्हां कोचिंग दे विच क्लासेस दे टाइम भी बाकी टीचर्स हुंदे सी हेल्प करन वास्ते जी। हाँ जी एक तो वो भी जिहड़ा कोई बच्चे दी कोई प्रॉब्लम आ उहनू भी उहो सुणदे आ उहदे वास्ते एक टीचर दी ड्यूटी लाउंदे आ एक मतलब कि जे बच्चा मेंटली ठीक नहीं है मतलब कि कहंदे स्ट्रेस फील कर रहा या फिर फिजिकली अनफिट हो गया हां जी एंजाइटी होवे कुछ भी होवे ता फिर वो मतलब पुछदे हुंदे सी उहनां तों असीं उहनां नूं हेल्प जा सकदे होंगे शेयर कर सकदे होंगे कुछ भी कोई प्रॉब्लम होवे असीं ठीक है। होर सर दस दे इक बिट बत्त दस ਉਹ ਨਾਲ ਉਹਨਾਂ ਨੇ ਸਪੈਸ਼ਲ ਟੀਚਰ ਰੱਖਿਆ ਜੀ ਬੱਚਿਆਂ ਨੂੰ ਐਕਸਰਸਾਈਜ਼ ਕਰਾਉਂਦੇ ਜਿਹੜੇ ਓਕੇ ਦੇਖੋ ਦੱਸੋ ਪੁੱਤ ਉਹਦੇ ਬਾਰੇ ਵੀ ਕੀ ਆ। ਹਾਂਜੀ ਸਾਡੇ ਡ੍ਰੋਪਰਸ ਬੈਚ ਅਸਲ 'ਚ ਡ੍ਰੋਪਰਸ ਨੂੰ ਮਤਲਬ ਕਾਫੀ ਜ਼ਿਆਦਾ ਹੀ ਡਿਪਰੈਸ਼ਨ ਹੋ ਜਾਂਦਾ ਗਾ ਤਿਆਰੀ ਕਰਨ ਦਾ ਕੋਈ ਵੀ ਐਗਜ਼ਾਮ ਦਾ ਤਾਂ ਫਿਰ ਉਹਨਾਂ ਨੇ ਕੀ ਕੀਤਾ ਸੀਗਾ ਕਿ ਸਾਨੂੰ ਸਵੇਰੇ ਉੱਠ ਕੇ ਮਤਲਬ ਕਿ ਪਹਿਲਾਂ ਐਕਸਰਸਾਈਜ਼ ਕੀਤੀ ਜਾਂਦੀ ਸੀਗੀ ਫਿਰ ਉਹ ਕਰਾਉਂਦੇ ਸੀਗੇ ਫਿਰ ਉਸ ਤੋਂ ਬਾਅਦ ਸਾਡੀ ਕਲਾਸਿਸ ਲੱਗਦੀਆਂ ਸੀਗੀਆਂ। ਕੋਚ ਦੱਸੋ ਪੁੱਤ ਕੋਚ ਰੱਖਿਆ ਸੀ ਸਪੈਸ਼ਲ ਉਹਨਾਂ ਨੇ ਉਹਦੇ ਵਾਸਤੇ ਕੋਚ ਰੱਖਿਆ ਫਿਜ਼ੀਓਥੈਰੇਪੀ ਕ੍ਰੋਸ ਐਂਡ ਫਿਟ ਓਕੇ ਤੇ ਡਾਈਟ ਵਗੈਰਾ ਕਿਸ ਤਰ੍ਹਾਂ ਦੇ ਇੱਥੇ ਬੱਚੇ ਮਿਲਦੇ। ਹਾਂਜੀ ਵਧੀਆ ਮਿਲਦੀ ਹੈਗੀ ਮਤਲਬ ਫਰੂਟਸ ਵੀ ਤੇ ਸਾਰਾ ਕੁਛ ਖਾਣ ਨੂੰ ਜਿਹੜਾ ਮੈਸ ਦੇ ਵਿੱਚ ਹੁੰਦਾ ਗਾ ਉਹ ਮਿਲਦਾ ਗਾ। ਥੋੜਾ ਉੱਚੀ ਬੋਲੋ ਬੇਟਾ ਆਪਣਾ ਮਾਈਕ ਪੂਰਾ ਤੁਸੀਂ ਪੂਰਾ ਆਪਣੇ ਬਾਰੇ ਦੱਸੋ ਜਿਹੜਾ ਹੈ ਸਰੋਤਿਆਂ ਨੂੰ ਵੀ ਤੁਸੀਂ ਕਿੱਥੇ ਕਿਸ ਪੋਸਟ 'ਤੇ ਕਿਹੜਾ ਵਰਕ ਕਰਦੇ ਹੋ ਅਤੇ ਮੈਂ ਉਸ ਇਹਨਾਂ ਤੋਂ ਪਹਿਲਾਂ ਦੱਸਦਾ ਚਾਹੁੰਦਾ ਕਿ ਸਾਡੇ ਨਾਲ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਪੰਜਾਬ ਦੇ ਵਿੱਚ ਸਾਡੇ ਵਿਦਿਆਰਥੀਆਂ ਨੂੰ ਗਾਈਡ ਕਰਦੇ ਨੇ ਅਤੇ ਹੁਣ ਆਪਣੇ ਬਾਰੇ ਇਹ ਦੱਸਣਗੇ ਕਿਸ ਸੰਸਥਾ 'ਚ ਕੰਮ ਕਰਦੇ ਨੇ ਕਦੋਂ ਤੋਂ ਕਰਦੇ ਨੇ ਕਿਹੜੀ ਪੋਸਟ 'ਤੇ ਕਰਦੇ ਨੇ ਅਤੇ ਅੱਗੇ ਅਸੀਂ। ਹਾਂਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਤੁਹਾਡੇ ਯੂਟਿਊਬ ਚੈਨਲ ਆ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਚੈਨਲ 'ਤੇ ਦਿਖਾ ਰਹੇ ਹੋ। ਮੈਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਸੀਨੀਅਰ ਲੈਬ ਟੈਕਨੀਸ਼ੀਅਨ ਦੀ ਪੋਸਟ 'ਤੇ ਕੰਮ ਕਰ ਰਿਹਾ ਦਸੰਬਰ 1994 ਤੋਂ ਜੀ। ਹਾਂ
ਅਤੇ ਮੈਂ ਯੂਨੀਵਰਸਿਟੀ ਦੀਆਂ ਐਡਮਿਸ਼ਨ ਦੇ ਵਿੱਚ ਵੀ ਕਾਫੀ ਕੰਮ ਕਰਦਾ, ਉਹ ਕੰਮ ਕਰਦੇ ਕਰਦੇ ਅਤੇ ਮੈਂ ਹੋਰ ਵੀ ਬੱਚਿਆਂ ਨੂੰ ਖਾਸ ਕਰਕੇ ਸਮਾਜ ਦੇ ਬੱਚਿਆਂ ਨੂੰ ਜਾਂ ਪਿਛੜੇ ਵਰਗ ਦੇ ਬੱਚਿਆਂ ਨੂੰ ਗਾਈਡ ਕਰਦਾ ਰਹਿੰਦਾ। ਅਤੇ ਜਿਹੜੀ ਸਾਡੀ ਯੂਨੀਵਰਸਿਟੀ ਦੀ ਵੀ ਮੈਂ ਗੱਲ ਕਰਾਂ ਵੀ ਉੱਥੇ ਸਾਨੂੰ ਬੱਚੇ ਚਾਹੀਦੇ ਆ ਪਲੱਸ ਟੂ ਤੋਂ ਬਾਅਦ, ਚਾਹੇ ਉਹ ਕਿਸੇ ਵੀ ਸਟਰੀਮ ਦੇ ਹੋਣ, ਪਲੱਸ ਟੂ ਆਰਟਸ ਵਾਲੇ ਹੋਣ, ਪਲੱਸ ਟੂ ਨਾਨ ਮੈਡੀਕਲ ਵਾਲੇ ਹੋਣ, ਪਲੱਸ ਟੂ ਮੈਡੀਕਲ ਵਾਲੇ ਹੋਣ, ਐਗਰੀਕਲਚਰ ਵਾਲੇ ਹੋਣ, ਕਮਰਸ ਵਾਲੇ ਵੀ ਹੋਣ, ਜਿਵੇਂ ਸਾਡੇ ਜਿਹੜੇ ਜਿੰਨੇ ਵੀ ਕੋਰਸ ਆ ਸਾਡੇ ਯੂਨੀਵਰਸਿਟੀ ਦੇ ਵਿੱਚ ਐਸਸੀ ਬੱਚਿਆਂ ਵਾਸਤੇ ਸਾਰੇ ਦੇ ਸਾਰੇ ਉਹ ਫ੍ਰੀ ਹੈ। 3000 ਰੁਪਇਆ ਉਹਨਾਂ ਨੇ ਇੱਕ ਵਾਰੀ ਪੇ ਕਰਨਾ, ਉਸ ਤੋਂ ਬਾਅਦ 4 ਸਾਲ ਦਾ ਕੋਰਸ ਹੈ ਚਾਹੇ 5 ਸਾਲ ਦਾ ਕੋਰਸ ਹੈ ਚਾਹੇ ਕੋਈ 3 ਸਾਲ ਦਾ ਕੋਰਸ ਹੈ, ਬਾਅਦ 'ਚ ਉਹਨਾਂ ਨੇ ਕੋਈ ਫੀਸ ਨਹੀਂ ਦੇਣੀ, ਸਿਰਫ ਸ਼ੁਰੂ 'ਚ ਉਹਨਾਂ ਨੇ 3000 ਰੁਪਇਆ ਪੇ ਕਰਨਾ ਹੈ, ਉਸ ਤੋਂ ਬਿਨਾਂ ਹੋਰ ਕੋਈ ਫੀਸ ਨਹੀਂ ਲੱਗਣੀ, ਕੋਈ ਐਗਜ਼ਾਮੀਨੇਸ਼ਨ ਫੀਸ ਨਹੀਂ, ਕੋਈ ਐਨੂਅਲ ਫੀਸ ਨਹੀਂ, ਕੋਈ ਸਮੈਸਟਰ ਫੀਸ ਨਹੀਂ। ਜਿਹੜਾ ਸਕੋਲਰਸ਼ਿਪ ਆਊਗਾ, ਸਕੋਲਰਸ਼ਿਪ ਉਹ ਕਾਲਜ ਕੋਲ ਰਹਿ ਜੂਗਾ, ਬਸ ਇੰਨਾ ਕੀ ਹੈ ਨਾ, ਬੱਚੇ ਨੇ ਆਪਦੀ ਜੇਬ 'ਚੋਂ ਕੁਛ ਨਹੀਂ ਪੇ ਕਰਨਾ। ਅਤੇ ਜਿਵੇਂ ਭਾਈ ਜੈਤਾ ਫਾਊਂਡੇਸ਼ਨ ਬਾਰੇ, ਹਾਂ ਜਿਵੇਂ ਭਾਈ ਜੈਤਾ ਫਾਊਂਡੇਸ਼ਨ ਦੀ ਗੱਲ ਕਰਾਂ, ਉਹਦੇ ਵਾਸਤੇ ਬੱਚੇ ਜਿਹੜੇ ਮੈਂ ਭੇਜਦਾ ਹੈ ਉਹ 10ਵੀਂ ਕਲਾਸ 'ਚ ਪੜ੍ਹਦੇ ਹੋਣੇ ਚਾਹੀਦੇ ਹੈ। ਜਿਹੜੇ ਹੁਣ ਬੱਚੇ 10ਵੀਂ ਕਲਾਸ 'ਚ ਪੜ੍ਹ ਰਹੇ ਹੈ ਉਹ ਬੱਚੇ ਐਲੀਜੀਬਲ ਹੈ ਇਸ ਭਾਈ ਜੈਤਾ ਫਾਊਂਡੇਸ਼ਨ ਦੇ ਵਿੱਚ ਜਾਣ ਵਾਸਤੇ, ਐਡਮਿਸ਼ਨ ਲੈਣ ਵਾਸਤੇ ਉੱਥੇ। ਅਤੇ ਉਹ ਇੱਕ ਟੈਸਟ ਲੈਂਦੇ ਆ ਭਾਈ ਜੈਤਾ ਫਾਊਂਡੇਸ਼ਨ ਚੰਡੀਗੜ੍ਹ, ਇਹ ਹੈਗਾ ਨੀਅਰ ਅਬਾਊਟ 10,000 ਬੱਚੇ ਦਾ ਇਹ ਟੈਸਟ ਲੈਂਦੇ ਆ। ਉਹ ਟੈਸਟ ਦੀ ਫੀਸ ਕੋਈ ਨਹੀਂ ਉਹਨਾਂ ਦੀ। ਪੰਜਾਬ ਦੇ ਵਿੱਚ 6-7 ਸੈਂਟਰ ਬਣਦੇ ਆ ਆਪਣੇ, ਜੇ ਬਠਿੰਡਾ ਬੈਲਟ ਦੀ ਗੱਲ ਕਰੀਏ ਤਾਂ ਸਾਡੇ ਨੇੜੇ ਰਾਮਪੁਰਾ ਸੈਂਟਰ ਬਣਦਾ ਹਰ ਵਾਰੀ ਉਹਨਾਂ ਦਾ, ਹਰ ਵਾਰੀ ਰਾਮਪੁਰਾ। ਉੱਥੇ ਉਹ ਬਕਾਇਦਾ ਰਿਫਰੈਸ਼ਮੈਂਟ ਵੀ ਪੇ ਦਿੰਦੇ ਆ ਬੱਚੇ ਨੂੰ, ਜਦੋਂ ਕਿ ਪੇਪਰ ਦੇਣ ਬੱਚਾ ਜਾਂਦਾ, ਪੇਰੈਂਟਸ ਜਾਂਦੇ, ਉਹ ਦੋਨਾਂ ਨੂੰ ਹੀ ਨਾਲ ਗਾਰਡੀਅਨ ਨੂੰ ਰਿਫਰੈਸ਼ਮੈਂਟ ਵੀ ਪ੍ਰੋਵਾਈਡ ਕਰਦੇ ਆ। ਅਤੇ ਜਿਹੜੀ ਉਹਨਾਂ ਦੀ ਫੀਸ ਦੀ ਜੇ ਗੱਲ ਕਰੀਏ, ਫੀਸ ਉਹਨਾਂ ਦੀ ਕੋਈ ਨਹੀਂ ਹੈਗੀ, ਉਹ 2 ਸਾਲ ਬੱਚੇ ਨੂੰ ਪੜ੍ਹਾਉਣਗੇ ਮੈਡੀਕਲ, 30 ਕੁ ਬੱਚਿਆਂ ਨੂੰ ਉਹਨਾਂ ਨੂੰ ਮੈਡੀਕਲ ਪੜ੍ਹਾਉਣਗੇ। ਅਤੇ ਉਹਦੇ ਵਿੱਚ ਨਾ ਕੋਈ ਹੋਸਟਲ ਦਾ ਖਰਚਾ ਲੈਣਾ ਉਹਨਾਂ ਨੇ, ਨਾ ਕੋਈ ਫੀਸ ਲੈਣੀ ਆ, ਉਲਟਾ ਸਗੋਂ ਉਹਨਾਂ ਨੂੰ ਪੇ ਕਰਨਾ ਹੈ ਗਾਹੇ ਵਗਾਹੇ। ਹੋਰ ਵੀ ਜੇ ਬੱਚੇ ਨੂੰ ਲੋੜ ਪੈ ਜਾਂਦੀ ਕੋਈ ਫਿਜ਼ੀਕਲੀ ਪ੍ਰੋਬਲਮ ਆ ਗਈ, ਆਰਟਸ ਦੇ ਨਹੀਂ, ਉਹਦੇ 'ਚ ਮੈਡੀਕਲ ਅਤੇ ਨੋਨ ਮੈਡੀਕਲ 2 ਸਟ੍ਰੀਮ ਹੀ ਹੈ ਜਿਹੜੀ ਉਹਨਾਂ ਦੇ, ਉਹਨਾਂ ਦਾ ਫੋਕਸ ਅਸਲ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਵਰਲਡ ਦੇ ਵਿੱਚ ਟੋਪ ਦੇ ਸਾਇੰਟਿਸਟ ਤਿਆਰ ਕਰਨੇ, ਟੋਪ ਦੇ ਡਾਕਟਰ ਤਿਆਰ ਕਰਨੇ, ਟੋਪ ਦੇ ਇੰਜੀਨੀਅਰ ਤਿਆਰ ਕਰਨੇ, ਜਾਂ ਸਿਵਲ ਸਰਵਿਸ ਵਾਸਤੇ ਤਿਆਰ ਕਰਨੇ। ਸਿਵਲ ਸਰਵਿਸ ਵਾਸਤੇ ਤਾਂ ਮੈਡੀਕਲ ਨੋਨ ਮੈਡੀਕਲ ਵਾਲੇ ਬੱਚੇ ਵੀ ਐਲੀਜੀਬਲ ਹੁੰਦੇ ਆ, ਪੰਜਾਬ ਦੇ ਹੈ, ਉਹ ਪੰਜਾਬ ਦੇ ਬੱਚਿਆਂ ਨੂੰ ਮਤਲਬ ਪ੍ਰਮੋਟ ਕਰ ਰਹੇ ਆ ਜਿਹੜੇ ਭਾਈ ਜੱਤਾ ਫਾਊਂਡੇਸ਼ਨ ਹੈ। ਓਕੇ, 23 ਬੱਚੇ ਉਹਨਾਂ ਨੇ ਮੈਡੀਕਲ ਦੇ ਪੜ੍ਹਾਉਣੇ ਆ, 30 ਨੋਨ ਮੈਡੀਕਲ ਪੜ੍ਹਾਉਣਾ, ਨਾਲ ਨਾਲ ਉਹਨਾਂ ਨੇ ਇੱਕ ਡ੍ਰੋਪਰ ਬੈਚ ਵੀ ਰੱਖਿਆ, ਉਹ ਸਿਰਫ ਨੋਨ ਨੀਟ ਵਾਸਤੇ ਹੈ। ਜੇ ਕੁਛ ਕੁ ਬੱਚੇ, ਜੇ ਉਹਨਾਂ ਦੇ ਕੁਛ ਬੱਚੇ ਰਹਿ ਗਏ 30 ਦੇ 30 ਉਹਨਾਂ ਦੇ ਮਤਲਬ ਏਮਜ਼ ਵਗੈਰਾ ਜਾਂ ਚੰਗੇ ਮੈਡੀਕਲ ਕਾਲਜ ਦੇ ਵਿੱਚ ਸਿਲੈਕਟ ਨਹੀਂ ਹੋਏ, ਕੁਛ 2-4 ਬੱਚੇ ਰਹਿ ਜਾਂਦੇ ਆ, ਤਾਂ ਉਹਨਾਂ ਨੂੰ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਇਹਨਾਂ ਨੂੰ ਵੀ ਕਿਸੇ ਟੋਪ ਦੇ ਇੰਸਟੀਚਿਊਟ 'ਚ ਭੇਜਣਾ, ਫਿਰ ਉਹਨਾਂ ਦੀ ਤਿਆਰੀ ਉਹ 1 ਸਾਲ ਹੋਰ ਉਹਨਾਂ ਨੂੰ ਕਰਾਉਂਦੇ ਆ, ਉਹਦੇ ਨਾਲ ਫਿਰ 12 ਬੱਚੇ ਹੋਰ ਵੀ ਲੈ ਲੈਂਦੇ ਆ, ਉਹ ਇੱਕ ਡ੍ਰੋਪਰ ਬੈਚ ਕਹਿ ਦਿੰਦੇ ਨੇ ਉਹਨੂੰ। ਆਪਾਂ ਕਿੱਦਾਂ ਲੱਗਿਆ ਤੁਹਾਨੂੰ ਜਿਹੜਾ ਹੈ ਉੱਥੇ ਬੱਚੇ ਨੂੰ ਪੜ੍ਹਾਉਣਾ, ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਉੱਥੇ ਜਾਣ ਬੱਚੇ, ਜਿਵੇਂ ਇਹਨਾਂ ਨੇ ਤੁਹਾਨੂੰ ਗਾਈਡ ਕੀਤਾ, ਹੁਣ ਇਹਨਾਂ ਨੇ ਆਪ ਤਾਂ ਉੱਥੇ ਬੱਚੇ ਪੜ੍ਹਾਈ ਨੇ ਨਾ, ਤੁਹਾਡਾ ਬੱਚਾ ਪੜ੍ਹਦਾ, ਹਾਂਜੀ ਤੁਸੀਂ ਦੱਸੋ ਉਸਨੂੰ ਆਪਦਾ ਤਜਰਬਾ, ਤੁਹਾਡਾ ਕਿਵੇਂ ਰਿਹਾ? ਮੈਂ ਕਿਹਾ ਮੈਨੂੰ ਸਾਡਾ ਤਜਰਬਾ ਬਹੁਤ ਵਧੀਆ, ਬਹੁਤ ਹੀ ਵਧੀਆ ਲੱਗਿਆ ਜੀ, ਜਿਹਦੇ ਵਿੱਚ ਅਸੀਂ, ਸਾਨੂੰ ਤਾਂ ਗਾਈਡ ਤਾਂ ਕੀਤਾ ਸਿੰਦਰਪਾਲ ਵੀਰ ਜੀ ਨੇ, ਦੇਖੋ ਜੀ ਵਾਟ ਵਾਰ ਜਿਹੜੀ ਪੜ੍ਹਾਈ ਇੱਥੇ ਹੈਗੀ ਉਹ ਬਹੁਤ ਹੀ ਵਧੀਆ, ਔਰ ਨਾਲ ਉਹ ਜਿਹੜੇ ਬੱਚੇ ਜ਼ਿਆਦਾਤਰ ਲੈਂਦੇ ਆ ਨਮੋਦਿਆ ਸਕੂਲ ਦੇ ਬੱਚੇ ਵੱਧ ਲੈਂਦੇ ਜੀ, ਉੱਥੇ ਵੱਗ ਜਾਂਦੇ, ਉਹਨਾਂ ਨੂੰ ਪਹਿਲ ਵੱਧ ਦਿੰਦੇ ਆ। ਓਕੇ, ਸਿੰਦਰਪਾਲ ਜੀ ਨੂੰ ਸ਼ਾਇਦ ਪਤਾ ਹੋਵੇ ਉੱਥੇ ਨਮੋਦਿਆ ਦੇ ਬੱਚਿਆਂ ਨੂੰ ਪਹਿਲ ਵੱਧ ਦਿੰਦੇ ਆ ਜੀ, ਜ਼ਿਆਦਾ ਬੱਚੇ, ਬੱਚਾ ਉੱਥੇ ਜਿਹੜਾ ਬੱਚੇ ਦਾ IQ ਆ, ਕਿਉਂ ਪੰਜਾਬ ਲੈਵਲ ਦਾ ਉਹਨਾਂ ਨੇ ਟੈਸਟ ਲੈਣਾ ਜੀ, ਜਿਹਦੇ ਵਿੱਚੋਂ ਥੋੜ੍ਹੀਆਂ ਥੋੜ੍ਹੀਆਂ ਸ਼ੀਟਾਂ ਜਿਵੇਂ ਇਹਨਾਂ ਨੂੰ ਦੱਸਦੀਆਂ ਜੀ, ਬਾਕੀ ਕਹਿੰਦੇ ਮੈਂ ਕਹਿੰਦਾ ਜੀ ਜੇ ਬੱਚਾ ਉੱਥੇ ਵੱਗ ਗਿਆ ਤਾਂ ਬੱਚੇ ਦੀ ਲਾਈਫ ਚੇਂਜ ਹੋ, ਜ਼ਿੰਦਗੀ ਚੇਂਜ ਹੋ ਜਾਂਦੀ ਜੀ। ਅਤੇ ਤੁਸੀਂ ਆਮ ਬੰਦੇ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਪੰਜਾਬ ਦੇ ਵਿੱਚ ਸਾਡੇ, ਹੈ ਨਾ, ਕਈ ਜਿਹੜੇ ਬਿਲਕੁਲ ਗਰੀਬ ਪਰਿਵਾਰਾਂ ਦੇ ਬੱਚੇ ਆ, ਹੈ ਨਾ, ਅਤੇ ਸੁਪਨੇ ਤਾਂ ਉਹਨਾਂ ਦੇ ਹੀ ਵੱਡੇ ਨੇ, ਉਹ ਵੀ ਬਹੁਤ ਕੁਛ ਕਰ ਸਕਦੇ ਨੇ, ਹਾਂਜੀ ਜੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਉਹਨਾਂ ਨੂੰ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾਗਾ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਸੁਪਨੇ, ਹੈ ਨਾ, ਮੈਂ ਵੀ ਆਪਾਂ ਅਸੀਂ ਲੈਣੇ ਨਹੀਂ ਹੁੰਦੇ, ਬਣਾਉਣੇ ਹੁੰਦੇ, ਹੈ ਨਾ, ਵੀ ਜਿਵੇਂ ਹੁਣ 10ਵੀਂ 'ਚ ਬੱਚਾ ਪੜ੍ਹਦਾ ਉਹਨੂੰ ਬਹੁਤ ਮਿਹਨਤ ਕਰਨੀ ਪਊਗੀ, ਉਹ ਜ਼ਿਆਦਾਤਰ ਦੇਖੋ ਜਿਹੜੇ ਆਪਣੇ ਪੰਜਾਬ ਬੋਰਡ ਦੇ ਬੱਚੇ ਆ ਬਹੁਤ ਘੱਟ ਆਉਂਦੇ ਆ, ਬਹੁਤ ਹੀ ਘੱਟ ਆਉਂਦੇ ਆ ਬੱਚੇ, ਉਹ ਜ਼ਿਆਦਾਤਰ ਨਮੋਦਿਆ ਦੇ ਕਿਉਂ ਆਉਂਦੇ ਆ, ਉੱਥੇ ਵੀ ਸਾਰੇ ਗਰੀਬ ਘਰਾਂ ਦੇ ਬੱਚੇ ਵੀ ਜਾਂਦੇ ਆ ਉੱਥੇ, ਉਹ ਕਿਉਂ ਉੱਥੋਂ ਉਹ ਮੈਡੀਕਲ ਜਿਹੜਾ ਕੋਈ ਆਪਣਾ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਦੇ ਉਹ, ਇਹ ਜਿਹੜਾ ਟੈਸਟ ਹੁੰਦਾ ਕੈਮਿਸਟਰੀ ਦੇ ਵਿੱਚੋਂ, ਸਾਇੰਸ ਦੇ ਵਿੱਚੋਂ ਜ਼ਿਆਦਾ ਇਹ CBSE ਜਿਹੜੇ ਬੱਚੇ ਜ਼ਿਆਦਾਤਰ ਉਹੀ ਜਾਂਦੇ ਆ, ਪੰਜਾਬ ਦੇ ਬੱਚੇ ਹੈਗੇ ਬੱਚੇ ਆਪਣੇ ਵੀ, ਪਰ ਮੈਂ ਵੀ ਦਵਾਇਆ ਸੀ ਮੇਰੇ ਸਕੂਲ 'ਚੋਂ 7-8 ਬੱਚਾ ਨਵਾਂ ਭਰਿਆ ਸੀਗਾ,
ਜਿਹੜੇ ਇੰਟੈਲੀਜੈਂਟ ਬੱਚੇ ਸੀਗੇ ਆਪਣੇ ਗਰੀਬ ਨਾ ਭਰਤਾ ਚਲੋ ਹੁਣ ਉਹ ਜਦੋਂ ਟੈਸਟ ਹੀ ਤੁਹਾਨੂੰ ਦੱਸ ਹੀ ਦਿੱਤਾ ਮੈਂ ਜਾਂ ਜ਼ਿਆਦਾਤਰ ਸੀ ਬੀ ਐੱਸ ਦੇ ਬੱਚੇ ਜਾਂ ਨਵੋਦਿਆ ਸਕੂਲ ਦੇ ਬੱਚੇ ਖੈਰ ਬਹੁਤ ਆਉਂਦੇ ਆ ਜੀ ਉਹ ਵੱਧ ਆਉਂਦੇ ਆ ਹੁਣ ਉਹ ਤੋਂ ਬਾਅਦ 'ਚ ਮੇਰਾ ਫਿਰ ਮੇਰਾ ਵੀ ਇੱਕ ਨਾ ਮਨ ਦੀ ਇੱਛਾ ਬਣੀ ਵੀ ਮੈਂ ਹੁਣ ਬੱਚਿਆਂ ਨੂੰ ਗਾਈਡ ਕਰਨ ਲੱਗ ਗਿਆ ਜਿਹੜੇ ਆਪਣੇ ਗਰੀਬ ਦੇ ਬੱਚੇ ਨਵੋਦਿਆ ਦੇ ਵਿੱਚ ਟੈਸਟ ਪੰਜ ਹੀ ਦਿਓ ਉੱਧਰ ਜਾਓ ਫਿਰ ਮੈਨੂੰ ਉਹੋ ਜਿਹੇ ਬੱਚਿਆਂ ਨੂੰ ਗਾਈਡ ਕਰਦੇ ਨਹੀਂ ਬਹੁਤ ਵਧੀਆ ਦੱਸਿਆ ਇਹਨਾਂ ਨੇ ਸਰਦਾਰ ਜਸਵੀਰ ਸਿੰਘ ਜੀ ਨੇ ਮਾਤਾ ਪਿਤਾ ਲਈ ਖਾਸ ਤੌਰ 'ਤੇ ਜਿਹਨਾਂ ਦੇ ਬੱਚੇ ਨਵੋਦਿਆ ਵਿਦਿਆਲਿਆ 'ਚ ਪੜ੍ਹ ਕੇ ਆਉਂਦੇ ਆ ਕਈ ਬੱਚੇ ਮੈਂ ਨਵੋਦਿਆ ਵਿਦਿਆਲਿਆ ਦੇ ਦੇਖੇ ਨੇ ਕਿ ਉਹ ਪ੍ਰੋਪਰ ਜਗ੍ਹਾ 'ਤੇ ਨਹੀਂ ਪਹੁੰਚਦੇ ਪਲੱਸ ਟੂ ਜ਼ਰੂਰ ਕਰੇ ਆਉਂਦੇ ਆ ਉੱਥੇ ਸੰਸਥਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੰਸਥਾਵਾਂ ਤਾਂ ਖੈਰ ਪੰਜਾਬ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਬੱਚਿਆਂ ਨੂੰ ਗਾਈਡ ਕਰਦੀਆਂ ਨੇ ਗਾਈਡ ਕਰਨ ਵਾਲੀਆਂ ਸੰਸਥਾ ਇੱਕ ਅੰਮ੍ਰਿਤਸਰ ਹੈ ਜੀ ਸਰਦਾਰ ਗੁਰਦੇਵ ਸਿੰਘ ਸੋਟਾ ਏਡੀਜੀਪੀ ਹਾਂ ਏਡੀਜੀਪੀ ਵੀ ਰਿਟਾਇਰ ਹੋਏ ਨੇ ਸਰ ਉਹ ਤੇ ਉਹਨਾਂ ਨੇ ਇੱਕ ਗਰੁੱਪ ਚਲਾਇਆ ਡਾਇਨਾਮਿਕ ਗਰੁੱਪ ਆਫ ਰੰਗਰੇਟਰਸ ਉਹਦੇ ਵਿੱਚ ਵੀ ਉਹ ਬੱਚਿਆਂ ਨੂੰ ਬਹੁਤ ਬਹੁਤ ਗਾਈਡ ਕਰਦੇ ਆ ਬਹੁਤ ਸਪੋਰਟ ਕਰਦੇ ਆ ਫਾਈਨੈਂਸ਼ੀਅਲ ਸਪੋਰਟ ਕਰਦੇ ਆ ਉਹ ਵੀ ਇੱਕ ਟੈਸਟ ਲੈਂਦੇ ਆ ਜਿਹੜੇ ਬੱਚੇ ਉਹਨਾਂ ਦਾ ਟੈਸਟ ਕਲੀਅਰ ਕਰ ਜਾਂਦੇ ਆ ਉਹਨਾਂ ਨੂੰ ਉਹ ਸਕੋਲਰਸ਼ਿਪ ਵੀ ਪ੍ਰੋਵਾਈਡ ਕਰਦੇ ਆ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਦੇ ਆ ਜੋ ਕੁਛ ਵੀ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਕੋਚਿੰਗ ਦੀ ਫੀਸ ਦਾ ਪ੍ਰਬੰਧ ਕਰਦੇ ਆ ਉਹਨਾਂ ਦੇ ਵਾਸਤੇ ਉਹ ਜਾਨ ਲਾ ਦਿੰਦੇ ਆ ਅਤੇ ਉਹਨਾਂ ਉਹ ਆਈ ਏ ਐੱਸ ਲੈਵਲ ਦੀ ਪੀ ਸੀ ਐੱਸ ਲੈਵਲ ਦੇ ਜੁਡੀਸ਼ੀਅਲ ਪੀ ਸੀ ਐੱਸ ਜੁਡੀਸ਼ੀਅਲ ਵਾਲੇ ਪਾਸੇ ਨੂੰ ਜ਼ਿਆਦਾ ਸਿਵਲ ਹਾਂ ਸਿਵਲ ਸਰਵਿਸ ਵਾਸਤੇ ਉਹ ਜ਼ਿਆਦਾ ਪ੍ਰਮੋਟ ਕਰਦੇ ਨੇ ਉਹ ਵੀ ਬਹੁਤ ਬਹੁਤ ਮਾਣ ਵਾਲੀ ਗੱਲ ਆ ਸਾਡੇ ਬਹੁਤ ਮਿਹਨਤ ਕਰਾਉਂਦੇ ਆ ਫਿਰ ਬੱਚਿਆਂ ਨੂੰ ਵੀ ਅਤੇ ਬਿਲਕੁਲ ਜੀ ਮੈਂ ਸਿੰਦਰਪਾਲ ਜੀ ਦੀ ਗੱਲ 'ਚ ਵਾਧਾ ਕਰਦਾ ਫਿਰ ਦੱਸ ਰਿਹਾ ਕਿ ਮੈਂ ਸਰਦਾਰ ਗੁਰਦੇਵ ਸਿੰਘ ਸੋਤਾ ਜੀ ADGP ਰਿਟਾਇਰਡ ਮਜ਼ਬੀ ਸਿੱਖ ਕੌਮ ਦਾ ਜਿਹੜਾ ਹੈਗਾ ਬੜਾ ਵੱਡੇ ਮਾਣ ਯੋਗ ਸ਼ਖਸੀਅਤ ਆ ਔਰ ਕੌਮ ਦੇ ਨਰੋਲ ਉਹ ਸਰਦਾਰ ਜੀ ਮਜ਼ਬੀ ਸਿੱਖ ਵਿਦਿਆਰਥੀਆਂ ਨੂੰ ਫੈਮਿਲੀ ਦੇ ਬੱਚਿਆਂ ਨੂੰ ਵਾਲਮੀਕ ਮਜ਼ਬੀ ਸਿੱਖ ਫੈਮਿਲੀ ਦੇ ਬੱਚਿਆਂ ਨੂੰ ਵੀ ਸਪੋਰਟ ਔਰ ਇਸ ਵਾਰ ਫੰਕਸ਼ਨ 'ਤੇ ਪਿਛਲੀ ਵਾਰ 3.5 ਲੱਖ ਸੀ ਇਸ ਵਾਰ 4 ਲੱਖ ਰੁਪਈਆ ਵਜ਼ੀਫਾ ਦਿੱਤਾ ਜਿਹਦੇ 'ਚ ਤੁਸੀਂ ਜਾ ਕੇ ਆਏ ਹੋ ਮੈਂ ਨਹੀਂ ਸੀ ਗਿਆ ਆਪਣੇ ਬੱਚੇ ਗਏ ਸੀ ਉੱਥੋਂ ਅਤੇ ਉਹਦੇ 'ਚ ਵੀ ਜਿਹੜੇ ਹੈਗੇ ਉਹ ਹੁਣ ਉਹਨਾਂ ਨੇ ਥੋੜ੍ਹਾ ਜਿਹਾ ਸੰਸਥਾ ਨੇ DGR ਨੇ ਡਾਇਨਾਮਿਕ ਗਰੁੱਪ ਆਫ ਰੈਗੂਲੇਟਰਸ ਨੇ ਥੋੜ੍ਹਾ ਚੇਂਜ ਕੀਤਾ ਕਿ ਉਹ ਆਫਟਰ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਕਰਦੇ ਬੱਚਿਆਂ ਨੂੰ ਸਪੋਰਟ ਕਰਦੇ ਆ ਤਾਂ ਜੋ ਜਿਹੜੇ ਬੱਚੇ ਬਿਲਕੁਲ ਨੇੜੇ ਹੋਣ ਜੋਬ ਦੇ ਜਿਹੜੇ ਈਜ਼ੀਲੀ ਪਹੁੰਚ ਜਾਣ ਅਤੇ ਉਹਨਾਂ ਨੂੰ ਉਹ ਜ਼ਿਆਦਾ ਹੈਲਪ ਕਰਦੇ ਆ ਪਲੱਸ ਟੂ ਮੈਡੀਕਲ ਨੋਨ ਮੈਡੀਕਲ ਵਾਲਿਆਂ ਨੂੰ ਵੀ ਹੈਲਪ ਕਰਦੇ ਨੇ ਪਰ ਗ੍ਰੈਜੂਏਸ਼ਨ ਵਾਲਿਆਂ ਨੂੰ ਪਹਿਲ ਉਹਨਾਂ ਨੂੰ ਜ਼ਿਆਦਾ ਰਿਸਪੈਕਟ ਦਿੱਤੀ ਜਾਂਦੀ ਕਿਉਂਕਿ ਉਹ ਬੱਚੇ ਛੇਤੀ ਆਪਦੇ ਏਮ 'ਤੇ ਪਹੁੰਚ ਜਾਂਦੇ ਨੇੜੇ ਹੁੰਦੇ ਨੇ ਹੈ ਨਾ ਉਹਨਾਂ ਨੂੰ ਥੋੜ੍ਹੀ ਜਿਹੀ ਪੁਸ਼ਅਪ ਦੇ ਨਾਲ ਅਤੇ ਜਿਸ ਤਰ੍ਹਾਂ ਉਹ ਬੱਚੇ ਫਿਰ ਵਗ ਜਾਂਦੇ ਆ ਅਤੇ ਦੂਸਰੇ ਬੱਚੇ ਵੀ ਮੋਟੀਵੇਟ ਹੁੰਦੇ ਨੇ ਸੋ ਇਸ ਤਰ੍ਹਾਂ ਧੰਨਵਾਦ ਜੀ